ਮੈਂ ਤਾਂ ਦੇਖੋ ਇੱਥੇ 2 ਸਾਲ 1 ਸਾਲ 1.5 ਸਾਲ 2 ਸਾਲ ਪਹਿਲੇ ਵੀ ਦੇ ਕੇ ਗਏ ਬੱਚੀਆਂ ਮੰਗਲ ਮਾਰਚ ਜੀ ਕਹਿਣ ਲੱਗੇ ਵੀ ਬੱਚੀਆਂ ਦੀ ਜ਼ਰੂਰਤ ਹੈ। ਮੈਂ ਕਿਹਾ ਪਹਿਲੀ ਗੱਲ ਤੁਸੀਂ ਕਹਿੰਦੇ ਆ ਜਦ ਤੁਹਾਨੂੰ ਲੋੜ ਆ ਸਾਨੂੰ ਤੁਸੀਂ ਅਸੀਂ ਹਾਜ਼ਰ ਹਾਂ ਵੀ ਜਦ ਵੀ ਤੁਸੀਂ ਆਓਗੇ ਕਹੋਗੇ ਸਾਨੂੰ ਅਸੀਂ ਤੁਹਾਡੀ ਵਰਦੀਆਂ ਗਿਆ ਬੁੱਕ ਗਿਆ ਹਰ ਚੀਜ਼ ਪਹੁੰਚਾਵਾਂਗੇ ਤੁਹਾਡੇ। ਬਾਕੀ ਹੋਰ ਵੀ ਕੋਈ ਮਦਦ ਆ ਸਕੂਲ ਵਾਸਤੇ ਉਹ ਵੀ ਆਪਾਂ ਦੇ ਦਿੱਤੀ ਗਿਆ। ਬਾਕੀ ਇਹ ਆ ਵੀ ਅਸੀਂ ਤਾਂ ਇਹ ਕਰਦੇ ਹਾਂ ਤੁਹਾਡੀ ਬੱਚੇ ਜਿੰਨੇ ਵੀ ਹੈ ਬੈਠੇ ਆ ਇਹ ਅਸਲੀ ਨਹੀਂ ਬੱਚੇ ਦੀ ਇਹੀ ਇੱਥੇ ਦੇ ਚੱਲ ਪੜ੍ਹਾਈ ਇਹ ਗੌਰਮੈਂਟ ਦੇ ਵੀ ਕਰਕੇ ਚਲੋ ਪਹਿਲਾਂ ਵਧੀਆ ਕਰਦੇ ਵੀ ਸ਼ੁਰੂ ਤੋਂ ਹੀ ਕੋਈ ਸਲਾਹ ਦੀ ਬੱਚਿਆਂ ਨੂੰ ਉਹ ਸ਼ੁਰੂ ਤੋਂ ਹੁਣ ਜੇ ਗੱਲ ਪੜ੍ਹਾ ਕੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਨੂੰ ਵੀ ਮਾਤ ਦੇਣੀ ਆਉਣ ਵਾਲੇ ਟਾਈਮ ਬਹੁਤ ਵਧੀਆ ਉਪਰਾਲਾ ਗੌਰਮੈਂਟ ਦਾ ਵੀ ਉਪਰਾਲਾ ਦੇਖੋ ਆਪਣਾ ਤੁਹਾਡੇ ਸਹਿਯੋਗ ਦੇ ਬਗੈਰ ਚੱਲ ਹੀ ਨਹੀਂ ਸਕਦਾ। ਬਾਕੀ ਇਹ ਮੈਂ ਤਾਂ ਇਹ ਬਹੁਤ ਜ਼ਰੂਰ ਚਾਹਾਂਗਾ ਵੀ ਮਾਸਟਰ ਜੀ ਬਹੁਤ ਮਿਹਨਤੀ ਬੰਦੇ ਆ ਜੀ ਬਹੁਤ ਜ਼ਿਆਦਾ ਬਹੁਤ ਅੱਛਾ ਸਕੂਲ ਬਣਾਇਆ ਵਾ ਸਾਰਾ ਬੜੇ ਵਧੀਆ ਕਰਿਆ ਵਾ। ਹੁਣ ਇਹ ਮਹਾਂਪੁਰਸ਼ ਕਿਸੇ ਕਿਸੇ ਸਕੂਲ ਨੂੰ ਮਿਲਦੇ ਆ ਨਹੀਂ ਮਿਲਦੇ ਹੁਣ ਸਾਡਾ ਭੰਕਰ ਵਾਲਾ ਸਕੂਲ ਉੱਥੇ ਨਹੀਂ ਆਏ ਅਸੀਂ ਕਿਹੜੇ ਉੱਥੇ ਇੰਨੇ ਵਧੀਆ ਨਹੀਂ ਪਿੱਛੇ ਇੱਕ ਮਾਸਟਰ ਜੀ ਲਾ ਦੀ ਅਤੇ ਉਹ ਸਕੂਲ ਸਾਰਾ ਸਗੋਂ ਸਿੰਘ ਫਾਈ ਲੈਂਦੀ ਤਿੰਨ ਬੱਚੇ ਪਾਸ ਹੋਏ ਸਾਰੇ ਮੈਂ ਫਿਰ ਬੀ ਗੁਰੂ ਨੂੰ ਸਾਰਿਆਂ ਨੂੰ ਲਾਇਆ ਫਿਰ ਦਿਖਾਇਆ ਸਾਰਾ ਮੈਂ ਦੇਖ ਲਓ ਤੁਹਾਡਾ ਰਿਜ਼ਲਟ ਦੇ ਫਿਰ ਉਹ ਬੇਚਾਰੀ ਮੈਂ ਵੀ ਦੇਖੋ ਪੜ੍ਹਾਓ ਤੁਸੀਂ ਤਾਂ ਉਹ ਜਿਸ ਚੀਜ਼ ਦੀ ਲੋੜ ਆ ਉਸ ਸਕੂਲ 'ਚ ਵੀ ਅਸੀਂ ਹਰ ਚੀਜ਼ ਦਿੰਦੇ ਜੀ ਵਰਦੀਆਂ ਵੀ ਹੋਰ ਵੀ ਕੋਈ ਬੋਰ ਲਾਉਣਾ ਕੋਈ ਕੁਛ ਲਾਉਣਾ ਅਸੀਂ ਬਹੁਤ ਮਦਦ ਕਰੀ ਉੱਥੇ ਪਹਿਲੇ ਜੀ ਬਲਜੀਤ ਮੈਡਮ ਉਹ ਰਿਟਾਇਰ ਹੋ ਗਈ ਸਾਰੀ ਹੁਣ ਸਟਾਫ ਦੇਖੋ ਵਧੀਆ ਹੋਵੇ ਜੀ ਮਾਸਟਰ ਹੋਣ ਇੱਥੇ ਵਧੀਆ ਜਿਹੜਾ ਹੈੱਡ ਵਧੀਆ ਹੋਊਗਾ ਸਕੂਲ ਦਾ ਹੈੱਡ ਮੈਡਮ ਵੀ ਠੀਕ ਹੋ ਜਾਊਗਾ ਹੈੱਡ ਜ਼ਰੂਰੀ ਵਧੀਆ ਜੇ ਹੈੱਡ ਜੀ ਮਿਹਨਤ ਕਰੂਗਾ ਤਾਂ ਦੂਜਿਆਂ ਨੇ ਕਿਆ ਕਰਨੀ ਸਾਰੇ ਦੇਖੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਕਿਸ ਤਰ੍ਹਾਂ ਕਿਆ ਕਰਦੇ ਕਿਆ ਨਹੀਂ ਕਰਦੇ ਹੁਣ ਜੇ ਜਾ ਕੇ ਦੇਖਣੀ ਨਹੀਂ ਵੀ ਪੜ੍ਹਾ ਰਹੇ ਜਾਂ ਨਹੀਂ ਪੜ੍ਹਾ ਰਹੇ ਬੈਠੇ ਆਪਣਾ ਬੱਚੇ ਖੇਡ ਰਹੇ ਆ ਜਦ ਜੀ ਇਹ ਚੀਜ਼ਾਂ ਤੋਂ ਉਹੀ ਆ ਨਾ ਜੀ ਇਹ ਤਾਂ ਹੀ ਇਹ ਵਧੀਆ ਕੰਮ ਹੋਇਆ ਜੀ ਹੁਣ ਆਉਣ ਵਾਲੇ ਟਾਈਮ 'ਚ ਦੇਖੋ ਹੁਣ ਸਾਰੇ ਯੰਗ ਮਾਸਟਰ ਆ ਜੀ ਸਾਰੇ ਵਧੀਆ ਹਾਂ ਇਹਨਾਂ ਨੂੰ ਦੇਖੋ ਬਹੁਤ ਨੌਲੇਜ ਆ ਆਉਣ ਵਾਲੇ ਸਾਰੇ ਜਿੰਨੇ ਮਾਸਟਰ ਲੱਗ ਰਹੇ ਟੀਚਰ ਲੱਗ ਰਹੇ ਬਹੁਤ ਅੱਛੀ ਪੜ੍ਹਾਈ ਵੀ ਅੱਛੀ ਕਰਾ ਰਹੇ ਆ ਸਭ ਕੁਛ ਅੱਛਾ ਕਰਾ ਰਹੇ ਜਿਹਦਾ ਕਾਫੀ ਜਗੋ ਆਉਣ ਵਾਲੇ ਟਾਈਮ ਪੰਜਾਬ ਇੱਕ ਵਧੀਆ ਨੰਬਰ 1 ਬਣੇ ਸਿੱਖਿਆ ਪਹਿਲੇ ਇਹ ਤਾਂ ਹੁਣ ਤਾਂ ਜਿਵੇਂ ਕੰਮ ਖਰਾਬ ਹੋਇਆ ਉਹ ਤੁਸੀਂ ਤਾਂ ਮੈਂ ਤਾਂ ਇਹ ਇਹਨਾਂ ਸਭਨਾਂ ਨਾਲ ਮੈਂ ਸਾਰਿਆਂ ਦਾ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜੀ ਬਰਿੰਦਰ ਸਿੰਘ ਜੀ ਵੀ ਸਾਡੇ ਕੋਲ ਥੱਲੇ ਵਾਲੀ ਗੱਲ ਕਰ ਸਕਦਾ ਨਹੀਂ ਨਾ ਮੈਂ ਤਾਂ ਜੀ
ਫੋਟੋ ਵੀ ਪਾਈ ਸਾਰਿਆਂ ਦੀ।